ਨਾਲ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਥੇ ਜਾ ਕੇ ਸਾਨੂੰ ਵੇਚ ਕੇ ਆਏ ਨੇ ਜੀ। ਪਹਿਲਾਂ ਹੀ ਆਰਡੀਨੈਂਸਾਂ ਦਾ ਪੱਖ ਕਰ ਰਹੇ ਸੀ, ਇਹ ਪੱਖ ਦੇ ਵਿੱਚ ਸੀ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ, ਜੂਤ ਨੂੰ ਸਮਝਣਾ ਪਊ, ਮੈਂ ਸੱਚ ਗੱਲ ਬੋਲ ਰਿਹਾ। ਕੈਪਟਨ ਅਮਰਿੰਦਰ ਸਿੰਘ, ਇਹੀ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲਾਂ ਆ ਕੇ ਇਸ ਬਿੱਲ ਤੇ ਚਰਚਾ ਹੁੰਦੀ ਹੈ, ਬਿੱਲ ਅੱਜ ਦਾ ਨਹੀਂ ਚੱਲ ਰਿਹਾ, ਬਿੱਲ ਬਹੁਤ ਟਾਈਮ ਪਹਿਲਾਂ ਪਾਸ ਕਰਨ ਦੀ ਗੱਲਾਂ ਬਾਤਾਂ ਚੱਲ ਰਹੀਆਂ ਨੇ, ਉਹ ਤਾਂ ਸਹਿਮਤੀ ਪ੍ਰਗਟ ਕਰਕੇ ਆਏ ਨੇ ਕਾਂਗਰਸੀ। ਹੁਣ ਬਈ ਧਰਨੇ ਲਾਉਣ ਦਾ ਕੀ ਫਾਇਦਾ, ਹੁਣ ਮੁਜ਼ਾਹਰੇ ਕਰਨ ਦਾ ਕੀ ਫਾਇਦਾ? ਮੋਦੀ ਜਾਹੇ ਜਿੰਨੇ ਮੰਨ ਕੇ ਚੱਲ ਅਕਾਲੀ ਜਾਂ ਕਾਂਗਰਸੀ, ਦਿੱਲੀ ਕਿਉਂ ਨਹੀਂ ਜਾ ਕੇ ਧਰਨਾ ਲਾਉਂਦੇ? ਕਿਸਾਨ ਯੂਨੀਅਨ ਨੂੰ ਕਿਉਂ ਕਹਿ ਰਹੇ ਨੇ ਵੀ ਸਾਡੇ ਨਾਲ ਜਾ ਕੇ ਧਰਨਾ ਲਾਓ? ਕਿਉਂਕਿ ਉਹਦੇ ਪਹਿਲਾਂ ਵਿਕੇ ਹੋਏ ਨੇ, ਹੱਥ ਬਣਾਏ ਹੋਏ ਨੇ ਕਿ ਕਿਹੜੇ ਹਿਸਾਬ ਨਾਲ ਜਾ ਕੇ ਧਰਨਾ ਲਾਉਣਗੇ ਇਹ ਦਿੱਲੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਚੈਨਲ 'ਤੇ। ਦੋਸਤੋ, ਅੱਜ ਭਾਨਾ ਸਿੱਧੂ ਫੇਸਬੁੱਕ 'ਤੇ ਲਾਈਵ ਹੋਇਆ ਅਤੇ ਲਾਈਵ ਹੋ ਕੇ ਉਸਨੇ ਪੰਜਾਬ ਦੇ ਲੀਡਰ ਨੂੰ ਲਾਹਨਤਾਂ ਪਾਈਆਂ ਅਤੇ ਨਾਲ ਦੀ ਨਾਲ ਉਸਨੇ ਪੰਜਾਬ ਦੇ ਕੁਝ ਕਲਾਕਾਰਾਂ ਬਾਰੇ ਵੀ ਬੋਲਿਆ ਹੈ। ਇਸ ਵੀਡੀਓ ਨੂੰ ਛੇਤੀ ਨਾਲ ਕਰ ਦਿਓ ਸ਼ੇਅਰ। ਇੰਡਸਟਰੀ ਦੀ ਹੋਰ ਅਪਡੇਟ ਵਾਸਤੇ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ। ਵੀ ਉੱਥੇ ਜਾ ਕੇ ਜਿਹੜੇ ਸਿੰਗਰ ਆਰਟਿਸਟ ਤੁਸੀਂ ਆ ਰਹੇ ਹੋ, ਜਾਂ ਤਾਂ ਸੱਚ ਬੋਲੋ ਜਾਂ ਫਿਰ ਧਰਨਿਆਂ ਦੇ ਵਿੱਚ ਆਓ। ਗੱਲਾਂ ਦੂਰ ਨੇਗੀਆਂ, ਮੈਂ ਤਾਂ ਗੱਲ ਸੱਚੀ ਗੱਲ ਕਹਿਣਾ ਵੀ ਜ਼ਿਆਦਾ ਤੁਸੀਂ ਸਿੱਧਾ ਉੱਥੇ ਆ ਕੇ ਮੋਦੀ ਦੇ ਇਕੱਲੇ 'ਤੇ ਨਾ ਚੜੋ। ਮੋਦੀ ਤਾਂ ਬਕਾਊ ਆ, ਮੋਦੀ ਦਾ ਸਭ ਪਤਾ। ਜਾਂ ਤੁਸੀਂ ਉੱਥੇ ਜਾ ਕੇ ਸਿੱਧੀ ਗੱਲ ਬੋਲੋ ਵੀ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਵੀ ਸਾਡੇ ਬਿੱਲ 'ਤੇ ਸਾਂ ਕਰਕੇ ਆਏ ਨੇ, ਇਹ ਵੀ ਵਿਕ ਗਏ। ਸੱਚੀ ਗੱਲ ਬੋਲੋ ਜੇ ਤੁਹਾਡੇ ਜ਼ੁਰਤ ਆ। ਪਰ ਤੁਸੀਂ ਨਹੀਂ, ਤੁਸੀਂ ਕੀ ਕਰਦੇ ਹੋ? ਤੁਸੀਂ ਤੁਹਾਡੇ ਵਿੱਚ ਤੁਸੀਂ ਕਈਆਂ ਨੇ ਮੰਨ ਕੇ ਚੱਲ ਏਜੰਸੀਆਂ ਦੇ ਧੱਕੇ ਚੜ ਗਏ, ਕਈਆਂ ਬੰਦਿਆਂ ਨੇ ਹੋਰ ਧੱਕੇ ਚੜ ਗਏ ਵੀ ਜਾਓ ਤੁਹਾਡੇ ਮਗਰ ਜੂ ਤਾਂ ਤੁਹਾਨੂੰ ਫੋਲੋ ਕਰਦਾ। ਤੁਸੀਂ ਜਾ ਕੇ ਇੱਕੋ ਹੀ ਗੱਲ ਕਰਨੀ ਆ ਵੀ ਫਿਲਹਾਲ ਜਿਹੜਾ ਮੁੱਦਾ ਸਾਰਾ ਸੈਂਟਰ ਸਰਕਾਰ 'ਤੇ ਗੇਰ ਦਿਓ ਵੀ ਸੈਂਟਰ ਗੌਰਮੈਂਟ ਨੂੰ, ਸੈਂਟਰ ਗੌਰਮੈਂਟ ਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਗੱਲਾਂ ਕਹਿਣ ਦੇ ਨਾਲ, ਤੁਹਾਡੇ ਧਰਨੇ ਲਾਉਣ ਦੇ ਨਾਲ, ਤੁਹਾਡੇ ਗਾਲਾਂ ਕੱਢਣ ਦੇ ਨਾਲ ਸੈਂਟਰ ਗੌਰਮੈਂਟ ਨੂੰ ਕੋਈ ਫਰਕ ਨਹੀਂ ਪੈਂਦਾ। ਵੀ ਤੁਸੀਂ ਹੁਣ ਕੀ ਕਰਨਾ? ਤੁਸੀਂ ਹੁਣ ਜਿਹੜੇ ਪੰਜਾਬ ਦੇ ਲੀਡਰ ਮੰਨ ਕੇ ਚੱਲ ਵਿਕੇ ਨੇ ਉੱਥੇ ਜਾ ਕੇ, ਤੁਸੀਂ ਉਹਨਾਂ ਦਾ ਦਾਗ ਧੋਣਾ, ਤੁਸੀਂ ਉਹਨਾਂ ਦਾ ਦਾਗ ਧੋਣਾ ਸੈਂਟਰ ਸਰਕਾਰ ਦੀਆਂ ਗੱਲਾਂ ਕਰਕੇ ਵੀ ਇਹ ਪੋਲੀਟੀਕਲ ਪਾਰਟੀਆਂ ਵੀ ਇਸ ਬਿੱਲ ਲਈ ਆ ਗਈਆਂ, ਸਾਰਾ ਕੁਛ ਬਿੱਲ ਲਈ ਆ ਗਈਆਂ, ਪਰ ਉਹ ਦਾਗ ਧੋ ਕੇ ਤੁਸੀਂ ਦੁਬਾਰੇ ਫੇਰ ਇਹ 2022 ਦੇ ਵਿੱਚ ਇਹਨਾਂ ਨੇ ਇਹੀ ਕੰਮ ਕਰਨਾ। ਕੀ ਕਰ ਰਿਹਾ? ਸਭ ਤੋਂ ਵੱਡੇ ਦੁਸ਼ਮਣ ਹੈਗੇ ਨੇਗੇ ਸਾਡੇ ਪੰਜਾਬ ਦੇ, ਸਾਡੇ ਆਪਣੇ ਦੁਸ਼ਮਣ ਨੇਗੇ। ਅਸੀਂ ਮੋਦੀ ਨੂੰ ਕਿਉਂ ਦੋਸ਼ ਦਈਏ? ਮੋਦੀ ਦਾ ਗਦਾਰ ਤਾਂ ਠੀਕ, ਸਾਰਾ ਕੁਛ ਹੈਗਾ ਹੀ ਹੈਗਾ। ਜਿਨ੍ਹਾਂ ਨੇ ਸਾਨੂੰ, ਨੌਜਵਾਨਾਂ ਨੂੰ ਇਸ ਗੱਲ ਸਮਝਾਓ ਵੀ ਪੰਜਾਬ ਦੇ ਵਿੱਚ ਗੰਦ ਕਿਹਨੇ ਪਾਇਆ? ਸਭ ਤੋਂ ਵੱਧ ਪੰਜਾਬ ਦੇ ਵਿੱਚ ਗੰਦ ਪਾਇਆ ਬਾਦਲਾਂ ਨੇ, ਕੈਪਟਨ ਨੇ ਗੰਦ ਪਾਇਆ। ਇਸ ਦੇ ਪ੍ਰਤੀ ਮੈਨੂੰ ਧਮਕੀਆਂ ਵੀ ਆ ਰਹੀਆਂ ਨੇਗੀਆਂ। ਮੈਂ ਸੱਚ ਬੋਲਦਾ, ਮੈਂ ਬੋਲੂੰਗਾ। ਜਦ ਜੇ ਅਸੀਂ ਮੋਦੀ ਕੋਲੇ ਜਾ ਕੇ ਪਹਿਲਾਂ ਵੇਖ ਕੇ ਆਏ, ਅਸੀਂ ਕੋਲੇ ਮੋਦੀ ਕੋਲੇ ਜਾ ਕੇ ਵੇਚਿਆ, ਉਹਨੂੰ ਤਾਂ ਖਰੀਦਣਾ ਹੈ। ਹੁਣ ਮੈਂ ਵਪਾਰੀ ਹਾਂ, ਮੈਂ ਬਿਜ਼ਨਸਮੈਨ ਬੰਦਾ ਹੈ, ਜੋ ਕਿ ਮੇਰੇ ਕੋਲੇ ਆ ਕੇ ਕੋਈ ਚੀਜ਼ ਵੇਚੂਗਾ ਉਹਨੂੰ ਤਾਂ ਮੈਂ ਖਰੀਦੂੰਗਾ ਹੀ। ਮੋਦੀ ਕੌਣ ਹੈ? ਮੋਦੀ ਵਪਾਰੀ ਹੈ, ਬਿਜ਼ਨਸਮੈਨ ਬੰਦਾ ਹੈ। ਮੋਦੀ ਕਿਹਨੇ ਬਣਾਇਆ ਹੋਇਆ? ਅਵਾਨੀਆਂ ਨੇ ਮੋਦੀ ਬਣਾਇਆ ਹੋਇਆ, ਅਵਾਨੀਆਂ ਨੇ ਮੋਦੀ ਨੂੰ ਬਣਾਇਆ ਹੋਇਆ। ਮੋਦੀ ਇੱਕ ਬਿਜ਼ਨਸਮੈਨ ਬੰਦਾ। ਹੁਣ ਅਸੀਂ ਕਿਸੇ ਚੀਜ਼ ਨੂੰ ਲਿਜਾ ਕੇ ਅਸੀਂ ਪੰਜਾਬ ਨੂੰ ਵੇਚਣ ਚੱਲੇ ਹਾਂ, ਪੰਜਾਬ ਨੂੰ ਅਸੀਂ ਦਿੱਲੀ ਜਾ ਕੇ ਵੇਚ ਕੇ ਆ ਰਹੇ ਹਾਂ, ਅਸੀਂ ਉਹ ਤਾਂ ਖਰੀਦਣਗੇ ਸਾਨੂੰ। ਇਹ ਗੱਲ ਕਿਸੇ ਆਰਟਿਸਟ ਸਿੰਗਰ ਦੀ ਕਹਿਣ ਦੀ ਹਿੰਮਤ ਜ਼ਰੂਰਤ ਨਹੀਂ ਪੈਂਦੀ। ਗੱਲ ਕਰ ਰਹੇ ਨੇ ਸੈਂਟਰ ਸਰਕਾਰ ਦੇ, ਇਕੱਲਾ ਮੋਦੀ ਦੇ ਬਲੇਮ ਲਾ ਰਹੇ ਨੇ, ਮੋਦੀ 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 ਹੋ ਰਹੀ ਆ। ਮੈਂ ਕਿੱਦਣ ਦੀ ਇਹ ਗੱਲ ਸੁਣ ਰਿਹਾ ਵੀ ਸੱਚ ਕਦੋਂ ਬੋਲਣਗੇ ਇਹ ਆਰਟਿਸਟ? ਜਿਹੜੇ ਸਿੰਗਰ ਇਹ ਗੱਲ ਕਿਤੇ ਨਹੀਂ ਜਾਏ ਕਹਿੰਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਥੇ ਜਾ ਕੇ ਸਾਨੂੰ ਵੇਚ ਕੇ ਆਏ ਨੇ ਜੀ। ਪਹਿਲਾਂ ਹੀ ਆਰਡੀਨੈਂਸਾਂ ਦਾ ਪੱਖ ਕਰ ਰਹੇ ਸੀ, ਇਹ ਪੱਖ ਦੇ ਵਿੱਚ ਸੀ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ, ਜੂਤ ਨੂੰ ਸਮਝਣਾ ਪਊ, ਮੈਂ ਸੱਚ ਗੱਲ ਬੋਲ ਰਿਹਾ। ਕੈਪਟਨ ਅਮਰਿੰਦਰ ਸਿੰਘ, ਇਹੀ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲਾਂ ਆ ਕੇ ਇਸ ਬਿੱਲ 'ਤੇ ਚਰਚਾ ਹੁੰਦੀ ਹੈ, ਬਿੱਲ ਅੱਜ ਦਾ ਨਹੀਂ ਚੱਲ ਰਿਹਾ, ਬਿੱਲ ਬਹੁਤ ਟਾਈਮ ਪਹਿਲਾਂ ਪਾਸ ਕਰਨ ਦੀ ਗੱਲਾਂ ਬਾਤਾਂ ਚੱਲ ਰਹੀਆਂ ਨੇ, ਉਹ ਤਾਂ ਸਹਿਮਤੀ ਪ੍ਰਗਟ ਕਰਕੇ ਆਏ ਨੇ ਕਾਂਗਰਸੀ। ਹੁਣ ਬਈ ਧਰਨੇ ਲਾਉਣ ਦਾ ਕੀ ਫਾਇਦਾ? ਹੁਣ ਮੁਜ਼ਾਹਰੇ ਕਰਨ ਦਾ ਕੀ ਫਾਇਦਾ? ਮੋਦੀ ਜਾਹੇ ਜਿੰਨੇ ਮੰਨ ਕੇ ਚੱਲ ਅਕਾਲੀ ਜਾਂ ਕਾਂਗਰਸੀ, ਦਿੱਲੀ ਕਿਉਂ ਨਹੀਂ ਜਾ ਕੇ ਧਰਨਾ ਲਾਉਂਦੇ? ਕਿਸਾਨ ਯੂਨੀਅਨ ਨੂੰ ਕਿਉਂ ਕਹਿ ਰਹੇ ਨੇ ਵੀ ਸਾਡੇ ਨਾਲ ਜਾ ਕੇ ਧਰਨਾ ਲਾਓ? ਕਿਉਂਕਿ ਉਹਦੇ ਪਹਿਲਾਂ ਵਿਕੇ ਹੋਏ ਨੇ, ਹੱਥ ਬਣਾਏ ਹੋਏ ਨੇ ਕਿ ਕਿਹੜੇ ਹਿਸਾਬ ਨਾਲ ਜਾ ਕੇ ਧਰਨਾ ਲਾਉਣਗੇ ਇਹ ਦਿੱਲੀ, ਕਿਹੜੇ ਹਿਸਾਬ ਨਾਲ ਜਾ ਕੇ ਦਿੱਲੀ ਧਰਨਾ ਲਾ ਸਕਦੇ? ਮੂੰਹ ਨਹੀਂ ਹੈਗਾ ਇਹਨਾਂ ਕੋਲ ਧਰਨਾ ਲਾਉਣ ਦਾ। ਹੁਣ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਹਿੰਦੇ ਵੀ ਉਹ ਜਿਵੇਂ ਆਪਾਂ ਕਹਿੰਦੇ ਉਹ ਡੰਡੇ ਖਾਣ ਨੂੰ ਬਾਂਦ ਰਹੀ, ਉਹ ਰਿਸ ਵੀ ਡੰਡੇ ਖਾਣ ਨੂੰ ਤਾਂ ਅਸੀਂ ਉੱਥੇ ਜਾ ਕੇ ਵੇਖਾਂ। ਤੁਸੀਂ ਕਿਸੇ ਆਰਟਿਸਟ, ਕਿਸੇ ਸਿੰਗਰ ਦੀ ਇਹ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਵੀ ਸਰਦਾਰ ਸੁਖਬੀਰ ਜੀ ਨਾਂ ਲੈ ਕੇ ਬੋਲੋ। ਮੈਂ ਨਾਂ ਲੈ ਕੇ ਬੋਲਦਾ, ਮੈਨੂੰ ਕੀ ਆ ਯਾਰ, ਮੈਂ ਨਾਂ ਲੈ ਕੇ ਬੋਲੂ? ਮੈਂ ਕਿਹੜਾ ਕਿਸੇ ਤੋਂ ਡਰਦਾ? ਸੁਖਬੀਰ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਅਕਾਲੀਆਂ ਦਾ ਸਾਰਾ ਲਾਣਾ ਬਾਣਾ, ਕੈਪਟਨ ਦਾ ਸਾਰਾ ਲਾਣਾ ਬਾਣਾ, ਇਹ ਜਾ ਕੇ ਉੱਥੇ ਜਾ ਕੇ ਵਿਕ ਕੇ ਆਏ ਨੇਗੇ। ਇਹ ਗੱਲ ਕਿਸੇ ਸਿੰਗਰ ਨੇ ਬੋਲੀ ਅੱਜ ਤੱਕਰ? ਡਰਦੇ ਨੇ ਉਹ ਜੋ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਨੇ ਸਟੇਜਾਂ 'ਤੇ ਖੜ ਕੇ ਮੋਦੀ ਵਿਰੁੱਧ ਬੋਲ ਕੇ। ਮੋਦੀ ਚੰਗਾ ਬੰਦਾ, ਮੋਦੀ ਬਿਜ਼ਨਸਮੈਨ ਬੰਦਾ, ਮੋਦੀ ਜਿਹੜਾ ਬੰਦਾ ਆਰ ਐੱਸ ਐੱਸ ਨੇ ਬਣਾਇਆ, ਉਹ ਆਰ ਐੱਸ ਐੱਸ ਦਾ ਕੰਮ ਕਰ ਰਿਹਾ। ਮੋਦੀ ਆਰ ਐੱਸ ਐੱਸ ਨੇ ਬਣਾਇਆ, ਆਰ ਐੱਸ ਐੱਸ ਦਾ ਕੰਮ ਕਰ ਰਿਹਾ। ਉਹ ਬੰਦਾ ਬੁਰਾ ਨਹੀਂ ਹੈਗਾ, ਬੁਰੇ ਸਾਡੇ ਆਪਣੇ ਨੇਗੇ ਆਰ ਐੱਸ ਐੱਸ ਨੇ ਬਣਾ ਕੇ। ਆਰ ਐੱਸ ਐੱਸ ਤਾਂ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਖਤਮ ਕਰਿਆ ਜਾਵੇ, ਉਹ ਕੰਮ ਕਰ ਰਿਹਾ ਉਹ ਮੋਦੀ। ਸਮਝਣਾ
मोदी नू मोदी कोले असीं अपने पंजाब नू बेच के आया। यही गल अज तक किसी ने ये बंदे ने गल नहीं बोली, मैं किसी के भाषण से यह गल नहीं सुनी। जदों अंग्रेज पंजाब दे विच आए ने, अंग्रेजा की जरूरत नहीं सी महाराजा रणजीत सिंह तो सिख कौम तो इन्ना ज्यादा डरते सीगे कि उन्होंने भी पंजाब वाल अख पट के नहीं सी देख सकते। अंग्रेजा नू कौन पंजाब दे विच लैके आया? जदों पहला साडा पंजाब गुलाम होया उदों अंग्रेजा नू पंजाब दे विच लैके कौन आया? यही कैप्टन, यही बड़े बड़े घराने, यही मजीठिए घराने कैप्टन नू पंजाब दे विच अंग्रेजा नू पंजाब दे विच आए भी आओ आके साडे ते राज करो। अब दे इन्हां दे कोले इन्हां दे धी पुत हमेशा तो ही पहला तो अमीर चले आउंदे ने। देखो भीरो जिहड़े तुसीं मैनू अकाली कांग्रेसी मैनू सारियां मेरे कोले आ गईयां धमकियां तुहाडियां आ गईयां मेरे, तुसीं मेरे भरा हो, जे तुसीं सच्चे हो तां सच्चे मन नाल सच्ची गल कहो, तां कैप्टन अमरिंदर सिंह नू गल कहो, सिख वीर बादल नू इह गल कहो। मेरा तुहाडे नाल कोई रौला नहीं, मेरे अकालियों का रौला नहीं, मेरे कांग्रेस दियां भरावां नाल रौला नहीं। तुसीं आपां माड़े माड़े अपने स्वार्थां खातर आपां इह गल कह नहीं सकते। अज की आ, अज सुखबीर बादल रोड शो रखी बैठा ट्रैक्टरां दा, भी किसान यूनियन दा जिहड़ा साडे धरने लगे ने उन्हां नू फलॉप करन दे लई, किसान यूनियन जिहड़े धरने लगे ने उन्हां नू उन्हां दी मन के चल उन्हां दी जिहड़ी लड़ाई आ उहनूं लड़ाई नू ठंडा, माड़ा इधर ध्यान रखी लाइव फोकस भी जिहड़े उहनूं लड़ाई नू ठंडा करन दे लई सुखबीर बादल ने रैली रख ली। इह तां हुण बई जी जिवें उत्थों मोदी हजे भी बैठा मोदी पंजाब नू चला रिहा है, अकाली दल दे विच चला रिहा है, आपदे बंदिआं नाल चला रिहा है मोदी। तुसीं गल नू समझ नहीं रहे, गल नू फॉलो ही नहीं कर रहे। मोदी की कहना, मोदी भी बिच बढ़ के इन्हां दे नाटक ड्रामे करा के भी लोगों नू फुद्दू बनाओ। मैं सच्ची गल बोलूँगा चाहे मेरा जो मर्जी हो जाए, जिहड़ियां मर्जी तुसीं मैनू धमकियां दे दो, जो मर्जी करो, पर मेरे तुसीं भरा हो, मैनू कोई चक्कर नहीं, तुसीं मैनू जो मर्जी करो। मेरे कोल धमकियां सारियां पहुँच गईयां, मेरे कोल मैसेज कॉलां मेरे कोल सारियां कुछ पहुँच गईयां, पर मैं सच बोल रहा, सच नूं हमेशा ही जे बंदे ने कहिंदा सच बोलिया। गुरु तेग बहादुर जी दी मैं सुनूं सब नूं पता है कि उन्हें जाके दिल्ली के विच जे उन्हें सच बोलिया तां सीस कटाउणा पिया, तत्ती दबी ते बैठना पिया। यीशू मसीह सच बोलिया, दुनिया का बढ़ता इतिहास परोड़ के देख लो, पढ़ो। मैं इतिहास पढ़ना, मैंने कोई लोग कहना कहना भी तू किताबा पढ़िया कर, मैं नहीं किताबा पढ़ता, मैं दो घंटे मैं बस मैं एक गुरु ग्रंथ साहब की मैं मस्कीन पढ़ना सटीक पढ़ना, मैं पढ़ना मैं एक घंटा दो घंटे जिन्ना भी पढ़ता मैं वो ज्ञान पैदा करता, मैं नहीं होर फालतू ज्ञान इकट्ठा करना चाहता। मैं नहीं, मैंने जिन्ना क मैं मैं पता भी मैंने गुरु साड़ी गुरबाणी एक चीज़ सिखाई है भी सच बोलना, तुम मैं सच बोल रहा इतने सब नूं ये गल दा सच्ची दिख रही है। उई भैन जो मैथों सॉरी मैथों ना कई बार बई बन के मैं जज्बाती हूं, मैं तो गाल जी निकल जाती, मैं नहीं खून नहीं करता कोई भी। मैंने बहुत भरावों ने कहा भी भाने तेरे वास्ते चंगी गल नहीं, मैं नहीं करता भी उत्थे जाके जिहड़े सिंगर आर्टिस्ट तुसीं आ रहे हो जां तां सच बोलो जां फिर धरनां दे विच आओ। गल्लां दो नेगियां, मैं तां इक गल सच्ची गल कहना भी ज़्यादा तुसीं सीधा उत्थे आके मोदी दे कल्ले ते ना चढ़ो, मोदी तां बकाऊ आ, मोदी तां सब पता है। जां तुसीं उत्थे जाके सीधी गल बोलो भी सुखबीर बादल ते कैप्टन अमरिंदर सिंह ये भी साडे बिल ते सां करके आए ने, भी बिक के सच्ची गल बोलो जे थोड़े जरूरत आ। पर तुसीं नहीं, तुसीं की करदे हो, तुसीं थोड़े विच तुसीं कईआं ने मन के चल एजेंसियां धक्के चढ़ के, कईआं बंदिआं ने होर धक्के चढ़ के भी जाओ थोड़े मगर जूत आ तुहानूं फॉलो करदा। तुसीं जाके इको ही गल करनी आ भी फिलहाल जिहड़ा मुद्दा सारा सेंटर सरकार ते घेर दो भी सेंटर गौरमेंट नूं, सेंटर गौरमेंट नूं कोई फर्क नहीं पैंदा थोड़े गल्लां कहण दे नाल, थोड़े धरनिआं लाउण दे नाल, थोड़े गालां कढ़न दे नाल सेंटर गौरमेंट नूं कोई फर्क नहीं पैंदा भी तुसीं हुण की करना। तुसीं हुण जिहड़े पंजाब दे लीडर मन के चल बिके ने उत्थे जाके तुसीं उहनां दा दाग धोणा है, तुसीं उहनां दा दाग धोणा सेंटर सरकार दीआं गल्लां करके भी पोलीटिकल पार्टियां भी इस बिल लई आ गईआं, सारा कुछ बिल लई आ गईआं, पर उह दाग धो के तुसीं दुबारे फिर 2022 दे विच इहनां ने इही काम करना। चलो इह तां तुसीं गल तुसीं समझ गए होवोगे, जे गल सारी मोदी नूं कही आ ना, मोदी तां मेरे निगाह दे विच मोदी सही है, सच्चा किवें आ सही आ, क्योंकि जिहड़ियां मैं तुहानूं उदाहरणां दे के दस्सदे उह बिजनेसमैन बंदा है। जे तुसीं उहदे कोले कोई भी चीज़ नूं लिजा के बेचोगे वह खरीदूगा तुहानूं, तुसीं पंजाब नूं जाके बेचिया तो उहने पंजाब नूं खरीदिया है। यही गल जिहड़ी मैं हुण जाके गल तुहानूं दूजी गल दसी है भी उह मन के चल उह दूसरा उहदा काम की आ, उहने पंजाब नूं खत्म करना, पंजाब नूं खत्म किवें करना, उह RSS ने बनाया हुआ।